ਸਤਿ ਸ੍ਰੀ ਅਕਾਲ, ਮੈਂ ਵਿੱਕੀ ਧਾਲੀਵਾਲ ਐਜ ਏ ਓਨਰ ਆਫ ਖੁਸ਼ੀ ਇੰਟਰਪ੍ਰਾਈਜ਼ਿਸ ਅੱਜ ਤੁਹਾਡੇ ਨਾਲ ਆਪ ਸਭ ਕੇ ਸਾਥ ਦੋਨੋਂ ਭਾਸ਼ਾ ਬੋਲੂੰਗਾ ਕਿਉਂਕਿ ਮੈਨੂੰ ਕਮੈਂਟਸ ਆ ਰਹੇ ਕਿ ਪੰਜਾਬੀ ਵੀ ਬਹੁਤ ਜ਼ਰੂਰੀ ਹੈ। ਅੱਜ ਮੈਂ ਤੁਹਾਨੂੰ ਬਹੁਤ ਚਿਰ ਤੋਂ ਕਾਫੀ ਟਾਈਮ ਸੇ ਮੈਂ ਬੋਲ ਰਿਹਾ ਹਾਂ ਕਿ ਭਾਈ ਡੌਂਕੀ ਮਤ ਲਗਾਇਆ ਕਰੋ, ਡੌਂਕੀ ਨਾ ਲਾਇਆ ਕਰੋ। ਡੌਂਕੀ ਦਾ ਕੀ ਨਤੀਜਾ ਨਿਕਲਦਾ ਹੈ, ਕਿਆ ਰਿਜ਼ਲਟ ਆਤੇ ਹੈ? ਅੱਜ ਨਾਮ ਕੀ ਹੈ? ਹਰਦੀਪ ਸਿੰਘ। ਹਰਦੀਪ ਸਿੰਘ ਹੈ, ਪਟਿਆਲਾ ਦੇ ਨਾਲ ਪਿੰਡ ਹੈ ਇਹਨਾਂ ਦਾ। ਇਹ ਤੁਹਾਨੂੰ ਆਪਣੀ ਹੱਡ ਬੀਤੀ ਦੱਸਣਗੇ, ਪਿੰਡ ਵੀ ਦੱਸਣਗੇ, ਜੇ ਤੁਸੀਂ ਜਾਣਾ ਵੀ ਚਾਹੋਗੇ ਇਹਨਾਂ ਕੋਲ ਇਹਨਾਂ ਨੂੰ ਮਿਲ ਵੀ ਸਕਦੇ ਹੋ। ਦੇਖੋ, ਮੇਰਾ ਬਤਾਨੇ ਕਾ ਔਰ ਆਪਕੋ ਕੰਟੀਨਿਊ ਵੀਡੀਓ ਜੋ ਮੈਂ ਬਣਾਤਾ ਰਹਿਤਾ ਹੂੰ, ਇਸੀ ਕਾ ਮਕਸਦ ਹੈ ਕਿ ਪਲੀਜ਼ ਕਿਸੀ ਕਾ ਇੱਕ ਬੱਚਾ, ਕਿਸੇ ਦੇ ਦੋ ਬੱਚੇ ਹੈ ਜਾਂ ਕਿਸੇ ਦੇ ਤਿੰਨ ਬੱਚੇ ਵੀ ਹੈ, ਹਰੇਕ ਬੱਚੇ ਦੀ ਕੀਮਤ ਆਪਦੀ ਜਗ੍ਹਾ 'ਤੇ ਆਪਦੀ ਹੀ ਹੈ। ਇਹ ਨਾ ਸੋਚੋ ਕਿ ਯਾਰ ਸਾਡੇ ਦੋ ਬੱਚੇ ਹੈ ਅਤੇ ਇੱਕ ਚਲਾ ਜਾਊਗਾ ਅਤੇ ਇੱਕ ਦਾ ਸਰ ਜੂਗਾ। ਨਹੀਂ, ਮਾਂ ਨੇ ਉਨਾ ਹੀ ਦਰਦ ਇੱਕ ਬੱਚੇ ਵਾਸਤੇ ਸਿਹਾ, ਮਾਂ ਨੇ ਉਨਾ ਹੀ ਦਰਦ ਦੋ ਬੱਚਿਆਂ ਵਾਸਤੇ ਸਿਹਾ। ਉਹੀ ਪਿਓ, ਉਹੀ ਡੈਡੀ ਜਿਹਨੇ ਉਹਨੂੰ 20 ਸਾਲ ਕਾ ਕਰਨੇ ਕੇ ਲੀਏ 20 ਸਾਲ ਨਰਕ ਭੋਗਿਆ। ਦੇਖੋ, ਹਰੇਕ ਪਿਓ ਡੈਡੀ ਨਰਕ ਭੋਗਦਾ ਹੈ। ਨਰਕ ਕਿਉਂ ਹੁੰਦਾ? ਆਪਦੇ ਆਪ ਨੂੰ ਮਾਰਦਾ, ਸਵੇਰੇ ਉੱਠਦਾ ਜਾਂਦਾ, ਕਮਾਈ ਕਰਦਾ ਔਰ ਬੱਚੇ ਪਾਲਦਾ। ਅਤੇ ਪਲੀਜ਼ ਇਹ ਬੱਚੇ ਦੀ ਹੱਡਬੀਤੀ ਸੁਣੋ ਔਰ ਡੌਂਕੀ ਤੋਂ ਬਚੋ। ਪਲੀਜ਼ ਡੌਂਕੀ ਤੋਂ ਬਚੋ, ਮੈਂ ਵਾਰ ਵਾਰ ਰਿਕੁਐਸਟ ਕਰ ਰਿਹਾ, ਡੌਂਕੀ ਤੋਂ ਬਚੋ। ਲੀਗਲ ਵੇ ਹੈਗੇ ਆ ਜਾਣ ਦੇ, ਲੀਗਲ ਵੇ, ਲੀਗਲ ਰਾਸਤੇ ਸੇ ਜਾਏ। ਹਰੇਕ ਕੰਟਰੀ ਆਪਕੋ ਪਰਮਿਟ ਦੇ ਰਹੀ ਹੈ, 195 ਕੀ 95 ਕੰਟਰੀਜ਼ ਖੁੱਲ ਚੁੱਕੀ ਹੈ। ਅਗਰ ਅਨਲੀਗਲ ਜਾਣੇ ਕੇ ਰਾਸਤੇ ਹੈ ਤੋ ਕਿਆ ਲੀਗਲ ਜਾਣੇ ਕੇ ਰਾਸਤੇ ਨਹੀਂ ਹੈ? ਹੈ ਬਈ, ਤੋ ਫਿਰ ਉਹ ਰਾਸਤੇ ਅਪਣਾਓ। ਸੁਣੀਏ ਬੱਚੇ ਕੇ ਜਵਾਨੀ ਆਪ ਲੋਗੋਂ ਕੇ ਲੀਏ ਜੋ ਸਹੀ ਰਿਐਲਿਟੀ ਮੈਂ ਇਸਕੇ ਸਾਥ ਹੁਆ ਹੈ। ਬੇਟਾ ਹਰਦੀਪ, ਬਤਾਓ ਕੀ ਕੁਛ ਹੋਇਆ ਤੁਹਾਡੇ ਨਾਲ? ਮੈਂ ਇੱਥੋਂ ਜੀ ਦੁਬਈ ਗਿਆ। ਦੁਬਈ ਮੈਨੂੰ ਜੰਟ ਨੇ ਕਿਹਾ ਵੀ ਤੂੰ 2 ਦਿਨ ਰਹਿਣਾ, ਅਤੇ ਉੱਥੇ ਜਾ ਕੇ ਮੈਂ ਜਦੋਂ ਪਹੁੰਚਿਆ ਏਅਰਪੋਰਟ ਤੋਂ ਬਾਹਰ ਨਿਕਲਿਆ, ਉੱਥੇ ਸਾਨੂੰ ਰੂਮ 'ਚ ਲੈ ਗਏ। ਰੂਮ 'ਚ ਜਾ ਕੇ ਮੈਂ 2 ਦਿਨ ਵੀ ਨਹੀਂ ਰਿਹਾ ਉੱਥੇ, ਮੈਂ ਘੱਟੋ ਘੱਟ ਰਿਹਾ 15 ਦਿਨ। ਇਹ ਜੰਟ ਤਾਂ ਬਣਾਉਂਦੇ ਆ ਪਾਗਲ। ਹਰਦੀਪ, ਉੱਥੇ ਕਿੰਨੇ ਬੰਦੇ ਸੀ ਤੁਸੀਂ ਜਿਹੜੇ ਦੁਬਈ 'ਚ ਸੀ? ਅਸੀਂ ਸੀਗੇ ਟੋਟਲ ਜੀ 35 ਜਣੇ। ਮਤਲਬ ਜੇ 35 ਲੜਕੇ ਵਹਾਂ ਪੇ ਦੁਬਈ ਕੇ ਅੰਦਰ ਰੱਖੇ ਹੋਏ ਥੇ ਏਜੰਟਸ ਨੇ, ਅਤੇ ਇੱਥੋਂ ਕਹਿੰਦੇ ਆ ਏਜੰਟ ਵੀ ਉੱਥੇ ਜਾ ਕੇ ਖਰਚਾ ਸਾਡਾ, ਰਹਿਣੇ ਦਾ ਵੀ ਖਰਚਾ ਸਾਡਾ ਅਤੇ ਰੋਟੀ ਦਾ ਵੀ। ਪਰ ਜਦੋਂ ਉੱਥੇ ਪਹੁੰਚਦੇ ਹਾਂ ਉੱਥੇ ਜਾ ਕੇ ਮੁੱਕਰ ਜਾਂਦੇ ਵੀ ਅੱਜ ਤੁਸੀਂ ਇੱਦਾਂ ਕਰ ਲਓ, ਵੀ ਤੁਸੀਂ ਆਪਣਾ ਖਰਚਾ ਆਪ ਕਰ ਲਓ, ਮੇਰੇ ਨਾਲ ਪੈਸੇ ਘਟਾ ਲਿਓ, ਐਂ ਕਰਦੇ ਏਜੰਟ। ਕਿਸੇ ਏਜੰਟ 'ਤੇ ਵਿਸ਼ਵਾਸ ਨਾ ਕਰੋ ਡੌਂਕੀ ਵਾਲੇ 'ਤੇ। ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ, ਦੇਖੋ ਕਹਿਣ ਦਾ ਮਤਲਬ ਹੈ ਕਿ ਯਹਾਂ ਸੇ ਕਿੰਨੇ ਲੱਖ, ਤੁਹਾਡੇ ਨਾਲ ਕਿੰਨੇ ਪੈਸਿਆਂ ਦੀ ਗੱਲ ਹੋਈ ਸੀ? 10 ਲੱਖ। 10 ਲੱਖ ਰੁਪਏ ਮੈਂ ਵੇ ਬਤਾ ਰਹਾ ਹਾਂ ਆਪਕੋ, ਮੈਂ ਰਾਹ ਦੱਸ ਰਿਹਾ ਕਿਹੜਾ। ਇੱਥੋਂ ਪਹਿਲਾਂ ਦਿੱਲੀ, ਪਹਿਲਾਂ ਦਿੱਲੀ, ਦਿੱਲੀ ਤੋਂ, ਦਿੱਲੀ ਤੋਂ ਦੁਬਈ। ਦੁਬਈ ਕਿੰਨੇ ਦਿਨ ਰੱਖਿਆ? 15 ਦਿਨ ਰਹੇ। 15 ਦਿਨ ਦੁਬਈ ਰੱਖੇ ਗਏ ਹੋਟਲ। ਉਸ ਕਮਰੇ ਦੇ ਵਿੱਚ ਕਿੰਨੇ ਬੰਦੇ ਹੁੰਦੇ ਸੀ? ਕਮਰੇ ਅਲੱਗ ਅਲੱਗ ਹੁੰਦੇ ਸੀਗੇ, ਵੈਸੇ ਹੈਗੇ ਟੋਟਲ ਬੰਦੇ 35 ਸੀ। 35 ਬੰਦੇ ਸੀ ਦੁਬਈ। ਦੇਖੋ, ਯਹਾਂ ਸੇ ਬੋਲਾ ਕਿ ਜਲਦੀ ਪਹੁੰਚ ਜਾਓਗੇ, ਇਹਨਾਂ ਨੂੰ ਕਿਹਾ ਗਿਆ ਛੇਤੀ ਪਹੁੰਚ ਜਾਓਗੇ, ਲੇਕਿਨ ਦਿੱਲੀ ਰੱਖੇ ਪਹਿਲਾਂ, ਉਹਦੇ ਬਾਅਦ ਦੁਬਈ ਰੱਖੇ। 15 ਦਿਨ ਦੁਬਈ, ਉਹਦੇ ਬਾਅਦ ਕਿਹੜੀ ਏਅਰਲਾਈਨ ਲੈ ਕੇ ਕਿੱਥੇ ਗਏ? ਕੈਰੋਂ ਗਏ, ਕੈਰੋਂ, ਇਜਿਪਟ ਕੰਟਰੀ। ਇਜਿਪਟ, ਜੋ ਇਜਿਪਟ ਕੰਟਰੀ ਹੈ ਉਸਕੇ ਅੰਦਰ ਉਨਕੀ ਇੱਕ ਏਅਰਪੋਰਟ ਜੋ ਸਿਟੀ ਹੈ ਕੈਰੋਂ, ਵਹਾਂ ਪੇ ਲੈ ਕੇ ਗਏ। ਵਹਾਂ ਸੇ ਮਤਲਬ ਡਾਇਰੈਕਟ ਹੀ ਫਲਾਈਟ ਹੋ ਗਈ ਜੀ? ਉੱਥੇ ਵੀ ਰੱਖੇ? ਉੱਥੇ ਵੀ ਰਹੇ ਜੀ 7-8 ਦਿਨ। ਦੇਖੋ, ਉੱਥੇ ਗਿਆ 2 ਦਿਨ ਰਹਿਣਾ ਉੱਥੇ ਵੀ। ਮਤਲਬ ਯਹਾਂ ਸੇ ਬੋਲਾ ਥਾ, ਇੱਥੋਂ ਕਿਹਾ ਸੀ ਕਿ 2 ਦਿਨ ਰੱਖਾਂਗੇ, ਹਫ਼ਤਾ ਉੱਥੇ ਰੱਖਿਆ, 8 ਦਿਨ ਹਫ਼ਤਾ ਉੱਥੇ ਰੱਖਿਆ। ਅਤੇ ਉੱਥੋਂ ਫਿਰ ਕਿੱਥੇ ਗਏ? ਉੱਥੋਂ ਸਾਡੀ ਕਰਾਈ ਇਸਤਾਨਬੁਲ ਦੀ ਫਲਾਈਟ। ਇਸਤਾਨਬੁਲ ਤੁਰਕੀ ਦੀ ਰਾਜਧਾਨੀ? ਤੁਰਕੀ ਦੀ ਰਾਜਧਾਨੀ, ਠੀਕ ਹੈ। ਉੱਥੇ ਕਿੰਨੇ ਟਾਈਮ ਰੱਖਿਆ ਹੁੰਦਾ? ਉੱਥੇ ਇੱਕ ਰਾਤ ਰਹੀ। ਇੱਕ ਰਾਤ ਇਸਤਾਨਬੁਲ ਦੇ ਬਾਅਦ ਇਹਨਾਂ ਦੀ ਕੰਟੀਨਿਊਟੀ ਦੇ ਵਿੱਚ ਸਰਬੀਆ ਦੀ ਫਲਾਈਟ ਹੋ, ਕਿਹੜੀ ਫਲਾਈਟ ਸੀ? ਤੁਹਾਨੂੰ ਉੱਥੇ ਕੋਈ ਰੋਕੇ ਨਾ ਐਂਟਰੀ ਤੋਂ।
ਕਿ ਤੁਸੀਂ ਇਕਨੋਮੀ 'ਚ ਨਹੀਂ ਆਏ ਤੇ ਉਹ ਕਿੰਨਾ ਤਗੜਾ ਫੇਰ ਬਦਲ ਕਿੱਡਾ ਵੱਡਾ ਭੁਲੇਖਾ ਪਾ ਰੱਖਿਆ ਲੋਕਾਂ ਨੂੰ ਉੱਥੋਂ ਫਿਰ ਤੁਸੀਂ ਚਲੇ ਗਏ ਹਾਂਜੀ ਉੱਤਰ ਗਏ ਸਰਬੀਆ ਹਾਂਜੀ ਫਿਰ ਕੀ ਹੋਇਆ ਉਹ ਤੋਂ ਬਾਅਦ ਜਦੋਂ ਏਅਰਪੋਰਟ ਤੋਂ ਅਸੀਂ ਉਤਰੇ ਜਹਾਜ਼ 'ਚੋਂ ਉਤਰੇ ਇਮੀਗ੍ਰੇਸ਼ਨ ਕਰਾਉਣ ਚੱਲੇ ਸੀਗੇ ਲਾਈਨ 'ਚ ਲੱਗ ਵੀ ਗਿਆ ਸੀਗਾ ਪਾਸਪੋਰਟ ਵੀ ਲੈ ਲਿਆ ਸੀਗਾ ਇਮੀਗ੍ਰੇਸ਼ਨ ਵਾਲੇ ਨੇ ਉਹ ਨਾਲ ਲੱਗਦੀ ਜਰਮਨ ਦੀ ਪੁਲਿਸ ਆ ਗਈ ਅਤੇ ਉਹਨਾਂ ਨੇ ਪਾਸਪੋਰਟ ਚੱਕੇ ਸਾਡੇ ਜ਼ਬਤ ਕਰਕੇ ਸਾਨੂੰ ਸਾਈਡ 'ਤੇ ਲੈ ਗਈ ਉੱਥੇ ਜਾ ਕੇ ਬਿਠਾ ਲਿਆ ਚਾਰ ਪੰਜ ਘੰਟੇ ਇੱਦਾਂ ਬੈਠੇ ਰਹੇ ਪਹਿਲਾਂ ਤਾਂ ਦੋ ਤਿੰਨ ਮੁੰਡੇ ਸੀਗੇ ਸਾਡੇ ਨਾਲ ਉਹ ਬਹਿਸ ਕਰਦੇ ਪਏ ਸੀਗੇ ਪੁਲਿਸ ਵਾਲਿਆਂ ਨਾਲ ਅਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਕੁੱਟਿਆ ਇੱਕ ਦਾ ਵਿਚਾਰ ਦਾ ਨੱਕ ਭੰਨਤਾ ਦੋ ਤਿੰਨ ਜਣੇ ਬੁੱਲ ਭੰਨਤੇ ਜਮੀ ਖੂਨ ਨੂੰ ਖੂਨ ਕਰਤਾ ਉਹਨਾਂ ਦਾ ਜੀ ਫਿਰ ਉਹ ਤੋਂ ਬਾਅਦ ਸਾਡੇ ਤੋਂ ਡਿਪੋਰਟ ਵਾਲੇ ਪੇਪਰਾਂ ਦੇ ਸਾਈਨ ਕਰਾ ਲਏ ਜਿਹੜਾ ਸਾਈਨ ਨਹੀਂ ਕਰਦਾ ਸੀਗਾ ਉਹਨੂੰ ਕੁੱਟਦੇ ਸੀਗੇ ਦੇਖੋ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਉੱਥੇ ਇੱਥੋਂ ਏਜੰਟ ਕੀ ਕਹਿ ਰਿਹਾ ਤੁਹਾਨੂੰ ਕਿ ਤੁਹਾਡੀ ਸੈਟਿੰਗ ਆ ਪੂਰੀ ਬੇਫਿਕਰ ਉਹ ਨਿਕਲ ਗਏ ਉੱਥੇ ਜਾ ਕੇ ਉਹਨਾਂ ਨੇ ਜਰਮਨ ਦੀ ਮਤਲਬ ਜਿਹੜੀ ਵੀ ਇਮੀਗ੍ਰੇਸ਼ਨ ਆ ਗਈ ਉਹਨਾਂ ਨੇ ਇਹਨਾਂ ਨੂੰ ਕੰਟਰੋਲ 'ਚ ਲੈ ਲਿਆ ਸਾਰੇ ਏਅਰਪੋਰਟ ਨੂੰ ਉਹਦੇ ਬਾਅਦ ਬੱਚਿਆਂ ਦੇ ਨਾਲ ਕੀ ਕੁਛ ਹੋਇਆ ਤੁਸੀਂ ਖੁਦ ਸੁਣਿਆ ਕਿ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਡਿਪੋਰਟ ਤੋਂ ਧੱਕੇ ਨਾਲ ਪੇਪਰ 'ਤੇ ਸਾਈਨ ਕੀਤੇ ਜਾ ਰਹੇ ਆ ਹੁਣ ਤੁਸੀਂ ਇੱਕ ਗੱਲ ਦੱਸੋ ਕਿ ਬੱਚਿਆਂ ਨੂੰ ਇੱਕ ਸੋਹਣੇ ਜਿਹੇ ਸੁਪਨੇ ਦਿਖਾ ਕੇ ਕਿ ਅਸੀਂ ਤੁਹਾਨੂੰ ਸਿੱਧਾ ਹੀ ਸਪੇਨ ਪਹੁੰਚਾ ਦਾਂਗੇ ਸਾਡੇ ਤੁਹਾਡੇ ਤੋਂ ਇੰਨੇ ਪੈਸੇ ਲਵਾਂਗੇ ਇਹਨੂੰ ਰਾਹ ਦਾ ਰਾਸਤਾ ਨਹੀਂ ਕਿਸਮਤ ਚੰਗੀ ਹੈ ਬੱਚੇ ਦੀ ਅਜੇ ਕਿ ਇਹ ਸਰਬੀਆ ਟੱਪਿਆ ਨਹੀਂ ਪਤਾ ਨਹੀਂ ਇਸ ਟਾਈਮ ਸਰਬੀਆ 'ਚ ਇੰਨੀ ਬਰਫ਼ ਪੈ ਰਹੀ ਆ ਉੱਥੇ ਬੱਚੇ ਜਿਹੜੇ ਪਹੁੰਚ ਚੁੱਕੇ ਆ ਉਹਨਾਂ ਦੇ ਕੀ ਹਾਲਾਤ ਆ ਕੁਛ ਬੱਚਿਆਂ ਨੇ ਇਹਨਾਂ ਨੂੰ ਦੱਸਿਆ ਵੀ ਕੀ ਦੱਸਿਆ ਸੀ ਉੱਥੇ ਕਿਵੇਂ ਬੱਚਿਆਂ ਦਾ ਉੱਥੇ ਜਿਹੜੇ ਮੁੰਡੇ ਸਰਬੀਆ ਪਹੁੰਚੇ ਸੀਗੇ ਉਹ ਤਿੰਨ ਵਾਰੀ ਡੋਂਕੀ ਲਾਈ ਉਹਨਾਂ ਨੇ ਉਹ ਤਿੰਨ ਵਾਰੀ ਹੰਗਰੀ ਬਾਰਡਰ ਤੋਂ ਵਾਪਸ ਆ ਗਏ ਅੱਗੇ ਕਹਿੰਦੇ ਬਰਫ਼ ਪੈ ਰਹੀ ਹੈ ਨਾ ਅੱਗੇ ਪੁਲਿਸ ਜਾਣ ਦਿੰਦੀ ਸ਼ੂਟ ਦਾ ਆਰਡਰ ਕਰਕੇ ਇੱਕ ਮੁੰਡਾ ਤਾਂ ਮਾਰ ਵੀ ਦਿੱਤਾ ਗੋਲੀ ਮਾਰ ਕੇ ਲੁਧਿਆਣੇ ਦਾ ਮੁੰਡਾ ਸੀਗਾ ਇਕੱਲਾ ਇਕੱਲਾ ਹੀ ਘਰਦਿਆਂ ਦਾ 19 ਸਾਲ ਉਮਰ ਸੀਗੀ ਬੱਚੇ ਦੀ ਉਹ ਗੋਲੀ ਮਾਰ ਕੇ ਉਹਦੇ ਛਾਤੀ 'ਚ ਗੋਲੀ ਮਾਰੀ ਉਹਦੇ ਡੈੱਡ ਬੋਡੀ ਵੀ ਉੱਥੇ ਪਈ ਹੈ ਹੁਣ ਤੁਸੀਂ ਇੱਕ ਗੱਲ ਦੇਖੋ ਕਿ ਇਹ ਕਿਉਂ ਤੁਸੀਂ ਸਭ ਲੋਕ ਇਹ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਜਾਣਦੇ ਇਹ ਚੀਜ਼ਾਂ ਨੂੰ ਕਿ ਮਾਂ ਪਿਓ ਦਾ ਇੱਕ ਹੀ ਬੱਚਾ ਹੋਵੇ ਔਰ ਉਹਦੇ ਨਾਲ ਇਹ ਹਾਲਾਤ ਹੋ ਜਾਣ ਫਿਰ ਵੀ ਤੁਸੀਂ ਸੁਧਰੋ ਨਾ ਕਿਉਂ ਨਾ ਸੁਧਰੋ ਯਾਰ ਕਿਉਂ ਇਹ ਚੱਕਰਾਂ 'ਚ ਪੈਂਦੇ ਹੋ ਹੁਣ ਇਹ ਵੀ ਦੱਸੋ ਹਰਦੀਪ ਜੀ ਕਿ ਕੁੜੀਆਂ ਕਿੰਨੀਆਂ ਸੀ ਕੁੜੀਆਂ 15 ਕੁੜੀਆਂ ਸੀਗੀਆਂ ਬੱਚੇ ਸੀਗੇ ਨਾਲ ਉਹਨਾਂ ਦੇ ਛੋਟੇ ਛੋਟੇ ਕੋਈ 2 ਸਾਲ ਦਾ ਚੱਕੀ ਫਿਰਦੇ ਸੀਗੇ ਕੋਈ 1 ਸਾਲ ਦਾ ਕੋਈ 6 ਮਹੀਨਿਆਂ ਦਾ ਇੱਦਾਂ ਗੋਦ 'ਚ ਬਿਠਾਏ ਹੋਏ ਸੀਗੇ ਕੋਈ ਕੁੜੀ ਦੀ ਐਂਟਰੀ ਨਹੀਂ ਮਿਲੀ ਸਾਰੇ ਡਿਪੋਰਟ ਕਰਕੇ ਵਾਪਸ ਭੇਜਤੇ ਹੁਣ ਤੁਸੀਂ ਸਰ ਇਹ ਦੇਖੋ ਕਿ ਕੁੜੀਆਂ ਨੂੰ ਵੀ ਪਤਾ ਨਹੀਂ ਕੀ ਸੁਪਨੇ ਦਿਖਾ ਕੇ ਲੈ ਕੇ ਜਾ ਰਹੇ ਆ ਫਿਰ ਛੋਟੇ ਛੋਟੇ ਚਲੋ ਲੜਕੀਆਂ ਨੂੰ ਮੈਂ ਇੱਕ ਨਾ ਕਹਾਣੀ ਸੁਣੀ ਸੀ ਪਤਾ ਨਹੀਂ ਸਹੀ ਹੈ ਇਹ ਕਹਾਣੀ ਸੁਣੀ ਨਹੀਂ ਸਹੀ ਹੈ ਕਿ ਇਟਲੀ ਤੋਂ UK ਜਾਣਾ ਸੀ ਬੰਦਿਆਂ ਨੇ ਅਤੇ ਉਹ ਜਿਹੜੇ ਸਬਜ਼ੀ ਵਾਲੇ ਕੰਟੇਨਰ ਕਿਉਂਕਿ ਇਟਲੀ ਤੋਂ UK ਸਬਜ਼ੀ ਜਾਂਦੀ ਹੈ ਬਹੁਤ ਉਹ ਜਿਹੜੇ ਕੰਟੇਨਰ ਜਾਂਦੇ ਸੀ ਉਹਦੇ ਵਿੱਚ ਬੰਦੇ ਬਿਠਾ ਰੱਖੇ ਸੀ ਕਾਫੀ ਇਹਨਾਂ ਨੇ ਸਬਜ਼ੀ ਵਾਲੇ 'ਚ ਉਹ UK ਪਹੁੰਚਦੇ ਕਹਿੰਦੇ ਬਰਫ਼ ਜੰਮ ਗਈ ਔਰ ਨੀਅਰ ਅਬਾਊਟ ਸਾਰੇ ਮਰ ਗਏ ਸੀ ਸਿਰਫ 2 ਬਚੇ ਸੀ ਉੱਥੇ ਖੁਦ ਐਲੀਜ਼ਬੇਥ ਜਿਹੜੀ ਮਹਾਰਾਣੀ ਦੀ ਡੈਥ ਹੋ ਗਈ ਹੈ ਉਹ ਖੁਦ ਉਹ ਸਮਾਂ ਦੇਖਣ ਆਈ ਸੀ ਕਹਿੰਦੇ ਇਹ ਬਹੁਤ ਤੁਸੀਂ ਗੂਗਲ 'ਤੇ ਸਰਚ ਮਾਰੋਗੇ ਕਹਾਣੀ ਤੁਹਾਨੂੰ ਮਿਲੂਗੀ ਇਹ ਬਿਲਕੁਲ ਰਿਐਲਿਟੀ ਹੈ ਉੱਥੇ ਉਹ ਰੋਈ ਸੀ ਉੱਥੇ ਫਿਰ ਉਹਨੇ ਇੱਕ ਮਤਲਬ ਆਰਡਰ ਪਾਸ ਕੀਤਾ ਸੀ ਕਿ ਜਿਹੜੇ ਵੀ ਕੰਟੇਨਰ 'ਚ ਇਹ ਬੱਚੇ ਆਉਣਗੇ ਜਿਹਦੇ ਵਿੱਚ ਵੀ ਇਹ ਘਪਲਾ ਹੋਊਗਾ ਉਹਦੀ ਕੰਪਨੀ ਨੂੰ ਹੀ ਬਲੈਕਲਿਸਟ ਕਰਕੇ ਬੰਦ ਕਰ ਦਿੱਤਾ ਜਾਵੇ ਅਤੇ ਇਹ ਚੀਜ਼ਾਂ ਆਪਣੇ ਬੱਚਿਆਂ ਨਾਲ ਦੇਖੋ ਜਿਹੜਾ ਬੱਚਾ ਜਾ ਕੇ ਮਰਿਆ ਉਹਦੀ ਜ਼ਿੰਦਗੀ ਉਹਦੇ ਮਾਪਿਆਂ ਦਾ ਕੀ ਹਾਲ ਹੋਊਗਾ ਹੁਣ ਇਹ ਬੱਚਾ ਉੱਥੋਂ ਵਾਪਸ ਆ ਕੇ ਸਾਰੀ ਰਿਐਲਿਟੀ ਕੁੜੀਆਂ ਉਹਨਾਂ ਦੇ ਛੋਟੇ ਬੱਚੇ ਜੇ ਪਾਰ ਕਰ ਜਾਂਦੇ ਇੰਨੀ ਬਰਫ਼ 'ਚੋਂ ਛੋਟੇ ਬੱਚੇ ਕਿਵੇਂ ਆਪਦੀ ਜ਼ਿੰਦਗੀ ਸਰਵਾਈਵ ਕਰਦੇ ਅੱਗੇ ਉਹ ਜੰਗਲਾਂ 'ਚੋਂ ਕਿਵੇਂ ਹੰਗਰੀ ਆਸਟਰੀਆ ਪਹੁੰਚਦੇ ਨਾ ਪਹੁੰਚਦੇ ਮੇਰੀ ਰਿਕੁਐਸਟ ਹੈ ਯੂਟਿਊਬਰਾਂ ਨੂੰ ਕਿ ਪਲੀਜ਼ ਤੁਹਾਡੇ ਕੋਲ ਕੋਈ ਇਟਲੀ ਜਰਮਨੀ ਸਪੇਨ ਫਰਾਂਸ ਬੱਚੇ ਪਹੁੰਚੇ ਆ ਉਹਨਾਂ 'ਚੋਂ ਇੰਟਰਵਿਊ ਲੈ ਕੇ ਕਿਉਂ ਨਹੀਂ ਪਾਉਂਦੇ ਤੁਸੀਂ ਕੋਈ ਸੱਚਾਈ ਤਾਂ ਦੱਸੇ ਐਮੀ ਵਿਰਕ ਨੇ ਫਿਲਮ ਜ਼ਰੂਰ ਬਣਾਈ ਕੁਝ ਚੀਜ਼ਾਂ ਦੀ ਉਹਦੇ ਵਿੱਚ ਘਾਟ ਰਹਿ ਗਈ ਜਿਹਦੇ ਕਰਕੇ ਬੱਚੇ ਅੱਜ ਵੀ ਜਾ ਰਹੇ ਨੇ ਕੋਸ਼ਿਸ਼ ਬਹੁਤ ਵਧੀਆ ਕੀਤੀ ਐਮੀ ਵਿਰਕ ਨੇ ਕਿ ਕੁਝ ਦਿਖਾਇਆ ਜਾਵੇ 70-75% ਸੱਚਾਈ ਦਿਖਾਈ ਲੇਕਿਨ ਕੁੜੀਆਂ ਬਾਰੇ ਕੁਛ ਚੀਜ਼ ਉਹ ਨੱਪ ਗਏ ਪਤਾ ਨਹੀਂ ਤਾਂ ਕੁਛ ਫਿਲਮ ਦਾ ਕੋਈ ਕਾਰਨ ਹੋਊਗਾ ਜਾਂ ਕੋਈ ਹੋਰ ਚੀਜ਼ ਦਾ ਮੈਂ ਨਹੀਂ ਜਾਣਦਾ ਪਰ ਉਹਨੇ ਕੋਸ਼ਿਸ਼ ਕੀਤੀ ਆ ਲੇਕਿਨ ਉਹ ਕੋਸ਼ਿਸ਼ ਦਾ ਵੀ ਫਲ ਦੇਖ ਲਓ ਕਿ ਕੀ ਮਾਹੌਲ ਬਣ ਚੁੱਕਿਆ ਬੱਚੇ ਨਹੀਂ ਰੁਕ ਰਹੇ ਅਤੇ ਹਰਦੀਪ ਉਹਦੇ ਬਾਅਦ ਵਾਪਸੀ ਕਿਵੇਂ ਹੋਈ ਉਹਦੇ ਬਾਅਦ ਵਾਪਸੀ ਜੀ ਸਾਨੂੰ ਇੱਕ ਰਾਤ ਜੇਲ੍ਹ 'ਚ ਰੱਖਿਆ ਅਸੀਂ 70 ਮੁੰਡੇ ਸੀਗੇ ਛੋਟਾ ਜਿਹਾ ਕਮਰਾ ਸੀਗਾ ਖੜ ਕੇ ਸਾਰੀ ਰਾਤ ਖੜ ਕੇ ਕੱਟੀ ਨਾ ਖਾਣ ਨੂੰ ਦਿੰਦੇ ਸੀਗੇ ਗਾਂ ਦਾ ਮੀਟ ਇੱਕ ਪਾਣੀ ਦੀ ਬੋਤਲ ਜੀ ਠੀਕ ਹੈ ਅਤੇ ਉਹ ਤੋਂ ਬਾਅਦ ਅਸੀਂ ਖੜ ਕੇ ਸਾਰੀ ਰਾਤ ਕੱਟੀ ਜੀ ਸਵੇਰੇ ਸਾਡੀ ਵਾਰੀ ਆ ਜੀ ਸਵੇਰੇ ਸਾਨੂੰ ਵਾਪਸ ਤੁਰਕੀ ਪਹੁੰਚਾ ਤਾ ਜੀ ਉਹਨਾਂ ਨੇ ਇਸਤਾਨਬੁਲ
ਇਸਤਾਨਬੁਲ ਤੋਂ ਆਏ ਸੀਗੇ ਅਸੀਂ, ਇਸਤਾਨਬੁਲ ਦੀ ਵਾਪਸ ਭੇਜ ਦਿੱਤਾ ਸੀਗਾ ਉਹਨਾਂ ਨੇ, ਫਿਰ ਇਸਤਾਨਬੁਲ ਆ ਕੇ ਸਾਡੇ ਪਾਸਪੋਰਟ ਉਹਨਾਂ ਕੋਲ ਸੀਗੇ ਇਸਤਾਨਬੁਲ ਵਾਲਿਆਂ ਕੋਲ, ਅਤੇ ਉਹ ਸਾਡੇ ਪਾਸਪੋਰਟ ਨਹੀਂ ਦੇ ਰਹੇ ਸੀਗੇ। ਅਸੀਂ ਇੱਦਾਂ ਦਾ ਕਰਕੇ ਸੈਟਿੰਗ ਸੁਟਿੰਗ ਕਰਕੇ ਆਪਣਾ ਪਾਸਪੋਰਟ ਲੈ ਕੇ ਵਾਪਸ ਅਸੀਂ ਇੰਡੀਆ ਦੀ ਟਿਕਟ ਕਰਵਾ ਕੇ ਆਪਣੇ ਘਰੇ ਆ ਗਏ। ਅਜੇ ਬੱਚੀਆਂ ਉੱਥੇ ਰਹਿ ਗਈਆਂ? ਹਲੇ ਰਹਿ ਰਹੇ ਹਾਂ ਜੀ। ਰਹਿ ਰਹੇ ਆ, ਦੇਖੋ ਉਹਨਾਂ ਨੂੰ ਅਜੇ ਟਿਕਟ ਨਹੀਂ ਮਿਲੀ, ਜਾਂ ਉਹਨਾਂ ਕੋਲ ਪੈਸੇ ਨਹੀਂ ਹੋਣੇ, ਕੀ ਪਤਾ ਕੀ ਮਜਬੂਰੀਆਂ ਹੋਣਗੀਆਂ ਪਰਿਵਾਰਾਂ ਦੀਆਂ। ਕਹਿਣ ਦਾ ਮਤਲਬ ਫਿਰ ਚਲੋ ਦਿੱਲੀ ਤੋਂ ਇੰਡੀਆ, ਇੱਥੇ ਦਿੱਲੀ ਆ ਕੇ ਪੰਜਾਬ ਆ ਗਏ, ਤਾਂ ਦੇਖੋ ਕਿ ਪੈਸਾ ਵੀ ਖਰਾਬ ਕਰ ਲਿਆ, ਸਮਾਂ ਵੀ ਖਰਾਬ ਕੀਤਾ, ਨਾਲੇ ਬੇਇੱਜ਼ਤੀ ਵੀ ਹੋ ਜਾਂਦੀ ਹੈ, ਸਾਰਾ ਕੁਛ ਹੀ ਖਰਾਬ ਹੋ ਜਾਂਦਾ ਜੀ। ਮੇਰੀ ਰਿਕੁਐਸਟ ਹੈ ਆਪ ਸਭ ਕੋ ਕਿ ਇਹ ਛੋਟੀ ਸੀ ਕਹਾਣੀ ਮੈਨੇ ਇਸ ਲਈ ਲਾਇਆ ਅੱਜ ਕਿ ਆਪ ਲੋਕ ਕੁਛ ਬਚ ਸਕੋ। ਲੀਗਲੀ ਬਹੁਤ ਜਾ ਰਹੇ ਹੈ, ਆਪਕੇ ਲਈ ਬਹੁਤ ਜਗ੍ਹਾ ਹੈ। ਅਰੇ ਆਪ ਅਨਪੜ੍ਹ ਨਹੀਂ ਹੋ ਯਾਰ, ਅਨਪੜ੍ਹ ਵੀ ਜਾ ਰਹੇ ਹੈ, ਹਮ ਲੋਕ ਦਿਖਾ ਵੀ ਰਹੇ ਹੈ ਕੈਸੇ ਵੀਜ਼ੇ ਲਗਤੇ ਹੈ। ਜਿਨਕੇ ਪਾਸ ਪਰਮਿਟ ਨਹੀਂ ਹੋਤਾ ਵੋ ਟੂਰਿਸਟ ਲਗਵਾਤੇ ਹੈ, ਜੋ ਟੂਰਿਸਟ ਨਹੀਂ ਉਨਕੇ ਪਾਸ ਪਰਮਿਟ ਹੈ। ਜਿਨਕੇ ਪਾਸ 50-50 lakh crore ਰੁਪਿਆ ਵੋ ਇਨਵੈਸਟਮੈਂਟ ਪ੍ਰੋਗਰਾਮ ਮੇਂ ਅਪਲਾਈ ਕਰ ਸਕਤੇ ਹੈ। ਜਿਨਕੇ ਪਾਸ ਯੇ ਨਹੀਂ ਹੈ ਵੋ ਲੜਕੀ ਕੋਈ ਢੂੰਢ ਲੋ ਭਾਈ, ਵੋ ਆਈਲੈਟਸ ਕਰ ਲੇ ਉਸਕੇ ਉੱਪਰ, ਲੜਕੀ ਕੇ ਉੱਪਰ ਇਨਵੈਸਟਮੈਂਟ ਕਰਕੇ ਉਸ ਸ਼ਾਦੀ ਕਰਕੇ ਆਪ ਲੀਗਲੀ ਜਾ ਸਕਤੇ ਹੋ। ਕਿਸੀ ਬੱਚੇ ਕੋ ਪੜ੍ਹਾ ਲੋ, ਉਸਕੇ ਸਾਥ ਸ਼ਾਦੀ ਕਰੋ, ਫਿਰ ਲੀਗਲੀ ਚਲੇ ਜਾਓ। ਪਰ ਕਿਉਂ ਦੋ ਨੰਬਰ ਮੇਂ ਜਾ ਰਹੇ ਹੋ, ਆਪਣੀ ਜ਼ਿੰਦਗੀ, ਆਪਣੇ ਮਾਂ ਬਾਪ, ਆਪਣੇ ਭਾਈ ਬਹਿਣ, ਆਪਣਾ ਪੈਸਾ, ਆਪਣਾ ਸਮਾਂ। ਅਬ ਜੋ ਵਹਾਂ ਬੈਠੇ ਹੈ ਨਾ ਯੂਰਪ ਕੇ ਅੰਦਰ, ਵੋ ਵੀ ਰੋ ਰਹੇ ਹੈ ਦੋ ਨੰਬਰ ਮੇਂ, ਉਨਕੋ 300-400 euro ਸੇ ਉੱਪਰ ਨਹੀਂ ਬਣਤਾ ਹੈ। 20 ਆਦਮੀ ਹਮੇ ਫੋਨ ਕਰਤੇ ਹੈ, ਕੈਂਪ ਮੇਂ ਪਤਾ ਕਿਤਨੇ ਆਦਮੀ ਬੈਠੇ ਹੈ ਕੈਂਪੋ ਕੇ ਅੰਦਰ, ਮੁਝੇ ਕਿਤਨੀ ਕੋਲੇ ਆ ਚੁੱਕੀ ਥੀ। ਪਲੀਜ਼ ਰਿਕੁਐਸਟ ਹੈ ਇਨ ਚੀਜ਼ੋਂ ਸੇ ਬਚੋ, ਔਰ ਆਪਣਾ ਔਰ ਆਪਣੇ ਬੱਚੋਂ ਕਾ ਭਵਿੱਖ ਬਣਾਏ ਲੀਗਲੀ। ਥੈਂਕ ਯੂ।